पिछले कुछ दिन पहले कैप्टन साहब ने बयान किया ये एग्रीमेंट रद्द नहीं होने। मैंने समझ नहीं लगती कि एक स्टेट का चीफ मिनिस्टर हो के बड़ा पढ़ा लिखा हो के वो किस तरह के बयान दे रहा। सिद्धू साहब की गल करिए तो सिद्धू साहब ने जो कैप्टन यही कहा कि कैप्टन जो कैप्टन की पहली मीटिंग होगी उसमें सब तो पहला यही कदम चुका जाएगा। देखो सिद्धू साहब के प्रेजिडेंट बनने तो बाद कई मीटिंगा कर चुके हैं कैप्टन साहब ना, लेकिन ये एग्रीमेंट ना रद्द इन्होंने करने है, सिर्फ पब्लिक को बेवकूफ बनाना है। आम आदमी पार्टी के संजय सिंह जी है उन्होंने जरा 2016 इतने मौके ही एक स्टेटमेंट दी थी, लेकिन हूँ जी लास्ट डेट से की होया वो ऑर्डर वेख के पता लगेगा भी उन्होंने जो वारंट है कि किस ग्राउंड से कटे और एग्जामेशन की एप्लीकेशन रिजेक्ट हुई है या नहीं रिजेक्ट हुई या की ग्राउंड सी एक ऑर्डर तो पता लग सकता। बिजली समझौतों लैके जी एक कशमकश चल रही थी लगातार कैप्टन साहब वालों भी जो कि समझौते जो रद्द करने की गल की जा रही थी उन्होंने उत्ते भी जरा ठंडे पत्ते पा दिता गया और अज जरा पूरे पंजाब जिला स्तर के उत्ते आम आदमी पार्टी वालों जोड़ा है एक प्रोटेस्ट किया जा रहा है कांग्रेस के खिलाफ कैप्टन सरकार के खिलाफ प्रोटेस्ट चल रहा है। मेरे नाल इस वेले पूर्व जस्टिस जोरा सिंह है गल करते उन्होंने नाल सर ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵੱਖ ਵੱਖ ਜਿਹੜਾ ਹੈਗਾ ਪ੍ਰਦਰਸ਼ਨ ਕੀਤੇ ਜਾ ਰਹੇ ਹੈ ਇੱਕ ਬਿਜਲੀ ਬਿੱਲਾਂ ਨੂੰ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਅੱਜ ਸਾਰੇ ਪੰਜਾਬੀਆਂ ਨੂੰ ਸਾਰੇ ਇੰਡੀਅਨ ਨੂੰ ਸਾਰੇ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਸਾਰੇ ਪਬਲਿਕ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਿਉਂਕਿ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਤਸਵ ਅੱਜ ਮਨਾਇਆ ਜਾ ਰਿਹਾ ਹੈ। ਦੂਸਰੀ ਗੱਲ ਇਹ ਹੈਗੀ ਆ ਵੀ ਕੈਪਟਨ ਸਾਹਿਬ ਨੇ ਇਹ ਗੱਲ ਕਹੀ ਸੀਗੀ ਵੀ ਜਿਹੜੇ ਪੀਪੀ ਐਗਰੀਮੈਂਟ ਹੈਗੇ ਆ ਪਾਵਰ ਪਰਚੇਜ ਐਗਰੀਮੈਂਟ ਆ ਇਹ ਰੱਦ ਹੋਣਗੇ। ਸਿੱਧੂ ਸਾਹਿਬ ਵੀ ਇਹੀ ਬਿਆਨ ਦੇ ਰਹੇ ਸੀਗੇ ਵੀ ਅਸੀਂ ਰੱਦ ਕਰਾਂਗੇ ਰੱਦ ਕਰਾਂਗੇ। ਇਹ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਜੋ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਦੇਵਾਂਗੇ ਜੋ ਆਪਣੇ ਲੋਨ ਹੈਗੇ ਕਰਜ਼ੇ ਆ ਉਹ ਮਾਫ਼ ਕਰਾਂਗੇ ਘਰ ਘਰ ਰੋਕੀ ਜਾਵਾਂਗੇ। ਲੇਕਿਨ ਕੈਪਟਨ ਸਾਹਿਬ 4:30 ਤੱਕ ਇਹੀ ਲੋਕਾਂ ਨੂੰ ਵਾਅਦਾ ਕਰੀਏ ਵੀ ਅਸੀਂ ਐਗਰੀਮੈਂਟ ਕੈਂਸਲ ਕਰਾਂਗੇ। ਲੇਕਿਨ ਹੁਣ ਪਿਛਲੇ ਕੁਝ ਦਿਨ ਪਹਿਲੇ ਕੈਪਟਨ ਸਾਹਿਬ ਨੇ ਬਿਆਨ ਦਿੱਤਾ ਇਹ ਐਗਰੀਮੈਂਟ ਰੱਦ ਨਹੀਂ ਹੋਣੇ। ਮੈਨੂੰ ਸਮਝ ਨਹੀਂ ਲੱਗਦੀ ਵੀ ਇਹ ਇੱਕ ਸਟੇਟ ਦਾ ਚੀਫ ਮਿਨਿਸਟਰ ਹੋ ਕੇ ਬੜਾ ਪੜ੍ਹਿਆ ਲਿਖਿਆ ਹੋ ਕੇ ਉਹ ਕਿਸ ਤਰ੍ਹਾਂ ਦੇ ਬਿਆਨ ਦੇ ਰਿਹਾ। ਪਹਿਲਾਂ ਲੋਕਾਂ ਨੂੰ ਕਹਿ ਰਿਹਾ ਵੀ ਇਹ ਐਗਰੀਮੈਂਟ ਰੱਦ ਕਰਾਂਗੇ, ਸਿੱਧੂ ਸਾਹਿਬ ਵੀ ਕਹਿੰਦੇ ਐਗਰੀਮੈਂਟ ਰੱਦ ਕਰਾਂਗੇ, ਹੁਣ ਉਹ ਬਿਆਨ ਦੇ ਰਿਹਾ ਵੀ ਅਸੀਂ ਇਹ ਐਗਰੀਮੈਂਟ ਕੈਂਸਲ ਨਹੀਂ ਕਰ ਸਕਦੇ। ਪਰ ਜੇ ਆਪਾਂ ਗੱਲ ਕਰੀਏ ਸਿੱਧੂ ਸਾਹਿਬ ਦੀ ਗੱਲ ਕਰੀਏ ਤਾਂ ਸਿੱਧੂ ਸਾਹਿਬ ਨੇ ਜਦੋਂ ਕੈਪਟਨ ਇਹੀ ਕਿਹਾ ਸੀਗਾ ਕਿ ਕੈਪਟਨ ਜਦੋਂ ਕੈਪਟਨ ਦੀ ਪਹਿਲੀ ਮੀਟਿੰਗ ਹੋਏਗੀ ਉਹਦੇ ਸਭ ਤੋਂ ਪਹਿਲਾਂ ਇਹੀ ਕਦਮ ਚੱਕਿਆ ਜਾਵੇਗਾ। ਦੇਖੋ ਸਿੱਧੂ ਸਾਹਿਬ ਦੇ ਪ੍ਰੈਜੀਡੈਂਟ ਬਣਨ ਤੋਂ ਬਾਅਦ ਕਈ ਮੀਟਿੰਗਾਂ ਕਰ ਚੁੱਕੇ ਆ ਕੈਪਟਨ ਸਾਹਿਬ ਨਾਲ, ਲੇਕਿਨ ਇਹ ਐਗਰੀਮੈਂਟ ਨਾ ਰੱਦ ਇਹਨਾਂ ਨੇ ਕਰਨੇ ਆ, ਇਹ ਸਿਰਫ ਪਬਲਿਕ ਨੂੰ ਬੇਵਕੂਫ ਬਣਾਉਣਾ ਹੈਗਾ। ਜਿਸ ਤਰ੍ਹਾਂ ਪਹਿਲਾਂ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਉਹਨਾਂ ਨੇ ਬੜੇ ਵਾਅਦੇ ਕੀਤੇ ਸੀ ਵੀ ਘਰ ਘਰ ਨੌਕਰੀ ਦੇਵਾਂਗੇ, ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਅਸੀਂ ਸਜ਼ਾਵਾਂ ਦੇਵਾਂਗੇ, ਸਮਾਰਟ ਫੋਨ ਦੇਵਾਂਗੇ, ਲੋਨ ਦੇਵਾਂਗੇ, ਲੋਨ ਮਾਫ਼ ਕਰ ਦਾਂਗੇ, ਇਹ ਸਾਰੇ ਵਾਅਦੇ ਕੀਤੇ ਸੀ। ਲੇਕਿਨ ਉਹਨਾਂ ਵਿੱਚੋਂ ਕੋਈ ਵਾਅਦਾ ਪੂਰਾ ਨਹੀਂ ਹੋਇਆ। ਇਹ ਵੀ ਵਾਅਦਾ ਕੀਤਾ ਸੀ ਵੀ ਜਿਹੜੇ ਐਗਰੀਮੈਂਟ ਆ ਅਸੀਂ ਕੈਂਸਲ ਕਰਾਂਗੇ। ਪਹਿਲਾਂ ਲੋਕਾਂ ਨੂੰ ਇਹੀ ਵਾਅਦਾ ਕਰੀ ਗਏ ਵੀ ਅਸੀਂ ਕੈਂਸਲ ਕਰ ਦੇਣੇ ਆ ਕਰ ਦੇਣੇ ਆ। ਸਿੱਧੂ ਸਾਹਿਬ ਨੇ ਵੀ ਇਹ ਗੱਲ ਕਹੀ ਕਿ ਕੈਪਟਨ ਸਾਹਿਬ ਦੀ ਜੋ ਪਹਿਲੀ ਮੀਟਿੰਗ ਹੋਈ ਅਸੀਂ ਰੱਦ ਕਰਾਂਗੇ, ਲੇਕਿਨ ਕੈਪਟਨ ਸਾਹਿਬ ਨੇ ਹੁਣ ਯੂ ਟਰਨ ਲੈ ਲਿਆ ਵੀ ਇਹ ਐਗਰੀਮੈਂਟ ਰੱਦ ਨਹੀਂ ਹੋਣੇ ਚਾਹੀਦੇ, ਨਾ ਅਸੀਂ ਕਰਨੇ ਹੈਗੇ ਆ ਨਾ ਹੋ ਸਕਦੇ ਆ। ਸਿੱਧੂ ਸਾਹਿਬ ਵੀ ਹੁਣ ਚੁੱਪ ਹੈਗੇ ਆ, ਬੇਸਿਕਲੀ ਐਗਰੀਮੈਂਟ ਇਹ ਅਗੇਂਸਟ ਲਾ ਹੈਗੇ ਆ। ਉਹਦਾ ਕਾਰਨ ਕੀ ਆ, ਜਦੋਂ ਇੱਕ ਗੌਰਮੈਂਟ ਐਗਰੀਮੈਂਟ ਬਣਾਉਂਦੀ ਆ ਉਹਨੂੰ ਇੱਕ ਟਰਮ 5 ਸਾਲ ਵਾਸਤੇ ਉਹਨੂੰ ਟਰਮ ਮਿਲਦੀ ਆ ਆਪਣੇ ਰੂਲ ਕਰਨ ਲਈ, ਉਹਨਾਂ ਨੂੰ ਚਾਹੀਦਾ ਸੀ ਇੱਕ 5 ਸਾਲ ਦੀ ਟਰਮ ਵਾਸਤੇ ਐਗਰੀਮੈਂਟ ਬਣਾ ਦੇ, ਆਫਟਰ 5 ਈਅਰ ਦੂਜੀ ਗੌਰਮੈਂਟ ਆਉਂਦੀ ਜਾਂ ਉਹੀ ਗੌਰਮੈਂਟ ਰਿਪੀਟ ਹੁੰਦੀ ਆ ਤਾਂ ਉਹ ਐਗਰੀਮੈਂਟ ਨੂੰ ਰਿਵਿਊ ਕਰ ਸਕਦੇ ਸੀ ਕਿ ਕੋਈ ਕਲਾਜ ਅਗੇਂਸਟ ਪਬਲਿਕ ਇੰਟਰਸਟ ਹੈਗੀ ਆ ਉਹਨੂੰ ਚੇਂਜ ਕੀਤਾ ਜਾ ਸਕਦਾ। ਇਹਦੇ ਵਿੱਚ ਨਾ ਰਿਵਿਊ ਦੀ ਕੋਈ ਕਲਾਜ ਹੈਗੀ ਆ ਨਾ ਇਹਨਾਂ ਦੇ ਵਿੱਚ ਕੋਈ ਹੋਰ ਕਲਾਜ ਹੈਗੀ ਆ, ਇਹ ਸਿਰਫ ਪਬਲਿਕ ਨੂੰ ਬੇਵਕੂਫ ਬਣਾਉਣ ਵਾਸਤੇ ਇਹ ਐਗਰੀਮੈਂਟ ਹੋਇਆ, ਇਹ ਕੈਂਸਲ ਇਹਨਾਂ ਨੇ ਕਰਨੀ ਨਹੀਂ, ਸਿਰਫ ਬਹਾਨਾ ਹੈਗਾ ਇਹਨਾਂ ਦਾ, ਕੈਂਸਲ ਨਹੀਂ ਹੋਣਗੇ ਤੁਹਾਡੇ ਮੁਤਾਬਕ। ਇੱਕ ਚੀਜ਼ ਹੋਰ ਮੈਂ ਪੁੱਛਣਾ ਚਾਹਾਂਗਾ ਤੁਹਾਨੂੰ ਕਿ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਜੀ ਹੈਗੇ ਨੇ ਉਹਨਾਂ ਨੇ ਜਿਹੜਾ 2016 ਦੇ ਵਿੱਚ ਇੱਥੇ ਮੌਕੇ ਹੀ ਇੱਕ ਸਟੇਟਮੈਂਟ ਦਿੱਤੀ ਸੀਗੀ ਔਰ ਉਹਦੇ ਵਿੱਚ ਜਿਹੜਾ ਹੈਗਾ ਵਿਕਰਮ ਮਜੀਠੀਆ ਵੱਲੋਂ ਵੀ ਇੱਕ ਐਪਲੀਕੇਸ਼ਨ ਦਿੱਤੀ ਗਈ ਸੀ ਮਾਨਯੋਗ ਅਦਾਲਤ ਦੇ ਵਿੱਚ, ਉਹਦੇ ਹੁਣ ਉਹਨਾਂ ਨੂੰ ਜਿਹੜਾ ਹੈਗਾ ਅਰੈਸਟ ਵਾਰੰਟ ਹੋਏ ਨੇ ਉਹਦੇ ਬਾਰੇ ਕੀ ਕਹੋਗੇ? ਦੇਖੋ ਕੰਪਲੇਂਟ ਜਿਹੜੀ ਮੌਕੇ ਕੋਈ ਸਟੇਟਮੈਂਟ ਹੋਈ ਸੀਗੀ, ਮੈਨੂੰ ਉਹ ਸਟੇਟਮੈਂਟ ਦਾ ਪੂਰਾ ਐਗਜੈਕਟ ਨਹੀਂ ਪਤਾ ਵੀ ਕੀ ਸਟੇਟਮੈਂਟ ਸੀ, ਲੇਕਿਨ ਉਸ ਸਟੇਟਮੈਂਟ ਦੇ ਬੇਸ 'ਤੇ ਇੱਕ ਕੰਪਲੇਂਟ ਪ੍ਰਾਈਵੇਟ ਕੰਪਲੇਂਟ ਦੀ ਫਾਈਲ ਹੋਈ ਜਿਹੜੇ ਕਿ ਅੱਜ ਕੱਲ੍ਹ ਲੁਧਿਆਣੇ ਪੈਂਡ ਗਿਆ ਕੋਰਟ ਦੇ ਵਿੱਚ। ਲੁਧਿਆਣੇ ਕੋਰਟ ਦੇ ਵਿੱਚ ਕੋਈ ਉਹ ਪੇਸ਼ ਨਹੀਂ ਹੋ ਗਏ, ਕਿਸ ਕਾਰਨ ਕਰਕੇ ਨਹੀਂ ਹੋਇਆ, ਕੋਈ ਹਾਰੀ ਮਾਫ਼ ਹੋਈ ਨਹੀਂ ਹੋਇਆ ਨਾ ਨਹੀਂ ਮਾਫ਼ ਹੋਈ, ਉਸ ਦੇ ਬੇਸ 'ਤੇ ਉਹ ਕੋਰਟ ਨੇ ਉਹਨਾਂ ਦੇ ਵਾਰੰਟ ਕੱਢੇ ਗਿਆ।
ऑर्डर वेख के पता लगेगा भी वो वारंट किस ग्राउंड से कटे गए और की रीजन सेगा और की उन्होंने एग्जेंप्शन की एप्लीकेशन सी और जो ग्राउंड है वैलिड सी नहीं वैलिड सी। सर तुम भी जस्टिस रहे हो लेकिन उन्होंने भी कर रहा था भी कुछ पेशियां दे पेश भी हुए थे पता लग रहा। देखो ट्रिब्यून अखबार की न्यूज़ हैगी भी काफ़ी पेशियां जी पै चुके हैं कुछ पेशियां तो पेश हुआ काफ़ी पेशियां तो नहीं पेश हुए लेकिन जी पेशी तो नहीं पेश हुए मेरा ख्याल आ भी उन्होंने कोई एप्लीकेशन दी होगी कोर्ट वालों एग्जेंप्शन नहीं होगी अदरवाइज तो कोर्ट पहला भी वारंट नहीं कड़ सकते इस करके मेरा ख्याल कोई ग्राउंड वैलड नहीं ग्राउंड उन्होंने अपनी एग्जेंप्शन करा के हारी माफ करा ली नहीं आए लेकिन हूँ जी लास्ट डेट से की होया वो ऑर्डर वेख के पता लगेगा भी उन्होंने जो वारंट है किस ग्राउंड से कटे और एग्जेंप्शन की एप्लीकेशन रिजेक्ट हुई है या नहीं रिजेक्ट हुई या की ग्राउंड सी एक कोर्ट के ऑर्डर का पता लग सकता। सर एक मैं होर पूछना चाहता जिस तरीके पिछले चुनावों के अपना निहाल सिंह वाला तो जोड़े मनजीत सिंह है लोग उन्होंने तो खुश नहीं है क्योंकि उन्होंने कोई काम नहीं किए गए ऐसकी लोग देखना चाहते कि तुम फीलिंग है कि लड़ रहे हो लड़के। देखो मैं डेफिनेटली नहीं कि निहाल सिंह वाला क्यों मेरा पिंड ही टूटी के पिंड गया लाल तरह का पिंड है मैं अपने इलाके की सेवा करनी है पहला मैं जज करता रहा सेवा कुर्सी से बैठ के हूँ मैं पैदल तुर के लोगों की सेवा करनी और जरूर करा निहाल सिंह वाले तो निहाल सिंह वाले तो अपने जस्टिस जोरा सिंह जी जो है अभी अपने जो है किस्मत भी मुड़ गए ना बाकी इन्होंने संजय सिंह बारे कहना था कि जो कोर्ट की प्रोसीडिंग हैगी है वो बिल्कुल सही चल रही है क्योंकि वो भी खुद जो है पहले जज रहे हैं और उन्होंने वालों भी जो है योजे अहम फैसले पहला लिते गए थे पर जो हम कोर्ट फैसला कर रही है वो सारा जो है मनना पवेगा सहयोगी दिलीप के नाल पेपर और फैक्ट न्यूज मोगा।